ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਠੀਕ ਠਾਕ ਹੋ? ਘਰ ਪਰਿਵਾਰ ਸਿਹਤਾਂ ਕਾਇਮ ਆ ਸਾਰੇ ਵੀਰਾਂ ਦੇ? ਜਾਨਵਰ ਠੀਕ ਹੈ? ਕਿੱਦਾਂ ਚੱਲ ਰਹੀਆਂ ਜੀ ਬਾਜੀਆਂ? ਕੱਢ ਲਏ ਕਬੂਤਰ ਬਾਹਰ? ਹੋਰ ਸੁਣਾਓ, ਮੁਬਾਰਕਾਂ ਹੋ ਗਈਆਂ ਜੀ ਸਾਰੇ ਵੀਰਾਂ ਨੂੰ, ਸਾਰੇ ਮੇਰੇ ਕਬੂਤਰਬਾਜ ਵੀਰ ਜਿਹੜੇ ਨਾਲ ਜੁੜੇ ਆ, ਦਿਲੋਂ ਪਿਆਰ ਕਰਦੇ ਆ, ਉਹਨਾਂ ਨੂੰ ਮੁਬਾਰਕਾਂ ਹੋ ਗਈਆਂ ਜੀ। ਆਪਣਾ ਚੈਨਲ ਜਿਹੜਾ ਯੂਟਿਊਬ 'ਤੇ ਰਜਿਸਟਰਡ ਹੋ ਗਿਆ, ਕੀ ਕਹਿੰਦੇ ਉਹਨੂੰ, ਮੋਨੋਟਾਈਜ਼ ਹੋ ਗਿਆ। ਤੁਹਾਡੇ ਸਾਰੇ ਵੀਰਾਂ ਦੇ ਕਰਕੇ ਹੀ ਹੋਇਆ ਵੀਰ, ਤੁਸੀਂ ਵੇਖਣ ਵਾਲੇ ਆ, ਤੁਸੀਂ ਸਬਸਕ੍ਰਾਈਬ ਕੀਤਾ, ਕੁਛ ਵੀਰਾਂ ਨੇ ਕਰ ਲਿਆ, ਕੁਛ ਕਰਨ ਵਾਲੇ ਰਹਿੰਦੇ, ਰੱਖੋ ਵੀ ਕਰ ਲਓ ਵੀਰ। ਯਾਨੀ ਕਿ ਆਪਾਂ ਵੀ ਵਾਸਤਿਆਂ 'ਚ ਹੋ ਗਏ ਜਿਹਨੂੰ ਕਹਿੰਦੇ ਆ। ਯੂਟਿਊਬ 'ਤੇ ਆਪਣਾ ਚੈਨਲ ਪੱਕੇ ਤੌਰ 'ਤੇ ਹੋ ਗਿਆ, ਹੁਣ ਇਹਨੂੰ ਚਲਾਉਣ ਵਾਸਤੇ ਅੱਗੇ ਲਿਜਾਣਾ ਤਾਂ ਵੀ ਤੁਹਾਡੇ ਸਿਰ 'ਤੇ ਆ, ਜੇ ਇਹਨੂੰ ਹੋਰ ਥੱਲੇ ਸਿੱਟਣਾ ਤਾਂ ਵੀ ਤੁਹਾਡੇ ਸਿਰ 'ਤੇ ਆ। ਕਿਉਂ, ਆਪਾਂ ਤਾਂ ਕਰਨ ਵਾਲੇ ਹਾਂ, ਯੋਗਾ ਕਰ ਸਕਦੇ ਹੋ ਕਰਾਂਗੇ। ਕਹਿੰਦੇ ਮਾਲੀ ਦਾ ਕੰਮ ਪਾਣੀ ਦੇਣਾ, ਭਰ ਭਰ ਮਸ਼ਕਾਂ ਪਾਵੇ, ਉਸ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਅਤੇ ਜਿਹੜੇ ਚੈਨਲ ਦੇ ਸਬਸਕ੍ਰਾਈਬਰ ਹੁੰਦੇ ਆ, ਉਹਨੂੰ ਸੁਣਨ ਵਾਲੇ ਹੁੰਦੇ ਆ, ਉਹ ਰੱਬ ਵਰਗੇ ਹੁੰਦੇ ਆ। ਜੇ ਆਪਾਂ ਤੁਹਾਡੇ ਅੱਗੇ ਬੇਨਤੀ ਕਰ ਸਕਦੇ ਹਾਂ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਕਰਾਓ, ਜਿਹੜਾ ਵੀ ਸੋਸ਼ਲ ਮੀਡੀਆ ਵਰਤਦੇ ਹੋ ਉੱਥੇ ਲਿੰਕ ਸ਼ੇਅਰ ਕਰੋ, ਇਸ ਚੈਨਲ ਦਾ ਫੇਸਬੁੱਕ 'ਤੇ ਕਰੋ, ਇੰਸਟਾਗ੍ਰਾਮ 'ਤੇ ਕਰੋ, ਵਟਸਐਪ 'ਤੇ ਕਰੋ, ਜਿੰਨੇ ਵੀ ਤੁਹਾਡੇ ਕਬੂਤਰ ਵਾਲੇ ਫਰੈਂਡ ਆ, ਇਹਨੂੰ ਵੱਧ ਤੋਂ ਵੱਧ ਚਲਾਓ। ਹੋਰ ਸੁਣਾਓ ਵੀਰ, ਬਾਕੀ ਪਰਮਾਤਮਾ ਨੇ ਐਤਕੀ ਸੋਹਣੀ ਸੁਣੀ ਹੈ, ਆਪਦੇ ਮੂੰਹ ਕੀਤੀ ਵਡਾਈ ਹੁੰਦੀ ਹੈ, ਵਾਰੀ ਵਾਰੀ ਚੰਗਾ ਲੱਗਦਾ। ਕਹਿੰਦੇ ਵੀ ਚਾਰ ਬਾਜ਼ੀਆਂ, ਪਹਿਲੀ ਉਹ ਪਟਿਆਲੇ ਵਾਲੇ ਮੁੰਡੇ, ਨਵੇਂ ਮੁੰਡੇ ਸੀ, ਉਸਰ ਦੇ ਵਿੱਚ ਬਾਜ਼ੀ ਦਿੱਤੀ ਉਹਨਾਂ ਨੇ, ਆਪਾਂ ਨੂੰ ਬਹੁਤ ਖੁਸ਼ੀ ਹੋਈ। ਦੂਸਰੀ ਲਾਡ ਵਨਜਾਰੇ ਖਰਾਲ ਵਾਲੇ ਮੁੰਡੇ ਸੀ, ਤਿਸਰ ਦੇ ਵਿੱਚ ਬਾਜ਼ੀ ਦਿੱਤੀ ਉਹਨਾਂ ਨੇ, ਟਾਈਮ ਕਰਾਇਆ, ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਚੌਥੀ ਪਰਮਾਤਮਾ ਨੇ ਆਪਣੀ ਬਾਹ ਫੜੀ ਐਤਕੀ, ਕਿ ਅੱਗੇ ਆਪਣਾ ਕਬੂਤਰ ਦੂਸਰ ਜਿੱਤ ਗਿਆ, ਚਲੋ ਆਪਾਂ ਨੂੰ ਉਹ ਤਾਂ ਖੁਸ਼ੀ ਹੋਣੀ ਹੋਣੀ ਹੈ। ਕੱਲ੍ਹ ਫਿਰ ਇੱਕ ਜਮ੍ਹਾਂ ਨਵਾਂ ਫਰੈਸ਼ ਮੁੰਡਾ ਦੂਸਰ ਫੋਨ 'ਤੇ ਮੁੜਾਈ, ਉਹਨੂੰ ਕੁਛ ਚੈਨਲ ਤੋਂ ਵੇਖੀ, ਉਹਨੇ ਲਿੰਕ ਸੈਂਡ ਕੀਤਾ। ਅਤੇ ਵੀਰੋ, ਕਬੂਤਰੀ ਜਿਹਨੇ ਕਦੇ ਦੂਸਰ ਨਹੀਂ ਮੁੜੀ ਸੀ, ਕਹਿਰ ਬਾਰੇ ਵੀ ਨਹੀਂ ਇੰਨਾ ਪਤਾ ਸੀ, ਸਭ ਤੋਂ ਵੱਧ ਉੱਡੀ ਰਾਤ 8:05 'ਤੇ ਬੈਠੀ ਹੈ। ਬਹੁਤ ਖੁਸ਼ੀ ਹੁੰਦੀ ਹੈ ਵੀਰੇ ਜਦੋਂ ਨਵੇਂ ਵੀਰ ਅੱਗੇ ਆਉਂਦੇ ਆ, ਜਿਹੜਾ ਆਪਣਾ ਮਕਸਦ ਆ ਵੀ ਖੇਡ ਉੱਡੇ, ਸੋਰੀ ਨਸਲ ਉੱਡੇ, ਸੰਭਾਲ ਉੱਡੇ। ਖੇਡ ਸਾਰਿਆਂ ਕੋਲ 19-21 ਦਾ ਫਰਕ ਇੱਕੋ ਜਿਹੀ ਹੋਣੀ ਚਾਹੀਦੀ ਹੈ ਵੀਰੋ, ਨਾ ਤਾਂ ਆਪਾਂ ਛਾਪ ਸਿੱਲਾ ਲੈਣਾ ਕਿਸੇ ਤੋਂ, ਨਾ ਕੁਛ ਪੈਸਾ ਧੇਲਾ ਲੈਣਾ, ਠੀਕ ਹੈ। ਲੈਣਾ ਤਾਂ ਇਕੱਲਾ ਇੱਕ ਸਬਸਕ੍ਰਾਈਬ ਲੈਣਾ, ਆ ਅੰਗੂਠਾ ਜਿਹਾ ਨੱਪਦਾ ਕਰੋ, ਕੋਈ ਫਰਕ ਨਹੀਂ ਪੈਂਦਾ ਇਹਦਾ, ਪਹਿਲਾਂ ਨਹੀਂ ਕਹਿੰਦਾ ਸੀ ਹੁਣ ਕਹਿਣ ਲੱਗ ਪਿਆ। ਪਤਾ ਨਹੀਂ ਸੱਚ ਆ ਕਿ ਝੂਠ ਆ, ਜਿਹੜੇ ਆਪਾਂ ਨੂੰ ਪਤਾ ਨਹੀਂ, ਇੰਨਾ ਪੜ੍ਹੇ ਲਿਖੇ ਨਹੀਂ।
ਕਹਿੰਦੇ ਵੀ ਜਦੋਂ ਪੂਰੇ ਹੋ ਜਾਣਾ ਪਤਾ ਨਹੀਂ ਕਿੰਨੇ ਲੱਖ ਵਿਊ ਅਤੇ ਕਿੰਨੇ ਸਬਸਕ੍ਰਾਈਬਰ ਅਤੇ ਚੈਨਲ ਰਜਿਸਟਰਡ ਹੋ ਜੇ, 2 ਰੁਪਏ ਆਉਣ ਲੱਗ ਜਾਂਦੇ ਤਾਂ ਉਹ ਮਾੜੇ ਨਹੀਂ ਲੱਗਦੇ ਕਿਸੇ ਨੂੰ ਯਾਰ, ਨਾ ਤੁਹਾਨੂੰ ਮਾੜੇ ਲੱਗਣ ਨਾ ਮੈਨੂੰ ਲੱਗਣ। ਜੇ ਆ ਗਏ ਤਾਂ ਠੀਕ ਹੈ, ਸਰਕਾਰੀ ਤੇਲ ਵਾਲੇ ਜੁੱਤੀ ਪਾ ਲਓ, ਨਾ ਆ ਗਏ ਤਾਂ ਠੀਕ ਹੈ, ਪਰ ਜੇ ਤੁਸੀਂ ਸ਼ੇਅਰ ਕਰੋਗੇ ਹੋਰ ਨਵੇਂ ਵੀਰਾਂ ਕੋਲ ਜਾਓ, ਕਿਸੇ ਦਾ ਫਾਇਦਾ ਜ਼ਰੂਰ ਹੋਊਗਾ, ਮੇਰਾ ਹੋਵੇ ਨਾ ਹੋਵੇ। ਜਿੱਦਾਂ ਇਹਦੇ ਮੇਰੇ ਸਾਹ ਚੱਲਦੇ ਆ, ਆਪਾਂ ਤੁਰਨਾ ਵਾਅਦਾ ਕਰਦੇ ਹਾਂ, ਜੋ ਸਿੱਖਾਂਗੇ ਗਾ ਸਿਖਾਵਾਂਗੇ, ਨਵੇਂ ਵੀਰਾਂ ਦਾ ਫਾਇਦਾ ਜ਼ਰੂਰ ਹੋਊਗਾ। ਅੱਜ ਵੀਰ ਦੀ ਵੀਡੀਓ ਵੇਖੀ ਸੀ, ਆਪਣਾ ਗਿੰਦੂ ਖਰੜਾ ਵੀਰ ਹੈ, NRA ਭਰਾ ਸ਼ਾਇਦ USA ਹੈ ਮੇਰੇ ਹਿਸਾਬ ਨਾਲ, ਆਪਾਂ ਨੂੰ ਐਤਕੀ ਬਹੁਤ ਮਾਣ ਬਖਸ਼ ਰਿਹਾ ਵੀਰ, ਮੋਟਰਸਾਈਕਲ ਨਾਲ ਸਨਮਾਨਿਤ ਕਰ ਰਿਹਾ, ਉਹਦੀ ਵੀਡੀਓ ਵੇਖੀ ਸੀ, ਤਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹਦੇ ਵੀਡੀਓ ਨਾਲ ਅਟੈਚ ਕਰਕੇ ਮੈਂ। ਅਤੇ ਹੁਣ ਥੋੜ੍ਹਾ ਜਿਹਾ ਇੱਕ ਤੁਹਾਨੂੰ ਸ਼ਾਇਦ ਗੁੱਸਾ ਲੱਗੇ, ਸਬਸਕ੍ਰਾਈਬ ਜ਼ਰੂਰ ਕਰੋ, ਕਰੋ ਅਤੇ ਕਰਾਓ, ਅਤੇ ਤੁਸੀਂ ਕੁਛ ਦਿਓਗੇ ਜਿੰਨਾ ਕੁ ਮੇਰੇ ਕੋਲ ਆ, ਮੈਂ ਵੀ ਕੁਛ ਦੇਵਾਂਗਾ। ਤੁਹਾਡੇ ਨਾਲ ਵਾਅਦਾ ਕਰਦਾ ਵੀ ਜਿੱਦੇ 30,000 ਵਿਊ ਹੋ ਗਿਆ ਤਾਂ ਸਰ ਦੀ ਵੀਡੀਓ ਪਾਵਾਂਗੇ, ਜਿੱਦੇ 30,000 ਸਬਸਕ੍ਰਾਈਬਰ ਹੋ ਗਿਆ ਤਾਂ ਸਰ ਦੀ ਵੀਡੀਓ ਪਾਵਾਂਗੇ, ਜਿੱਦੇ 40,000 ਹੋ ਗਿਆ ਚੌਸਰ ਦੀ ਪਾਵਾਂਗੇ। ਚੌਸਰ ਅਤੇ ਸਰ ਦੀਆਂ ਵੀਡੀਓ ਥੋੜ੍ਹੀਆਂ ਜਿਹੀਆਂ ਮੈਂ ਲੇਟ ਕਰਤੀਆਂ, ਕਿਉਂ ਕਰਤੀਆਂ ਉਹ ਤੁਹਾਨੂੰ ਪਤਾ, ਵੀ ਵੀਰਾਂ ਤੋਂ ਦੇਖਦੇ ਹਾਂ ਕਿੰਨਾ ਕੁ ਪਿਆਰ ਮਿਲਦਾ ਯਾਰ, ਬਹੁਤ ਪਿਆਰ ਮਿਲਿਆ। ਫਿਰ ਬੇਨਤੀ ਆ, ਸਬਸਕ੍ਰਾਈਬ ਕਰੋ, ਕਰਵਾਓ, ਇਹਨੂੰ ਅੱਗੇ ਲਿਜਾਓ। ਜੋ ਵੀਡੀਓ ਦੂਜੀ ਵੀ ਅਟੈਚ ਕਰ ਰਿਹਾ ਮੈਂ ਗਿੰਦੂ ਖਰੜੇ ਵਾਲੀ ਵੀਰ ਨੇ, ਬਹੁਤ ਸੋਹਣੇ ਸ਼ਬਦ ਬੋਲਿਆ, ਦਿਲ 'ਚੋਂ ਬੋਲਿਆ, ਆਪਾਂ ਨੂੰ ਬਹੁਤ ਪਸੰਦ ਆਇਆ। ਅਤੇ ਜਿਹੜਾ ਵੀਰ ਜਿੱਦਾ ਮੈਨੂੰ ਵਟਸਐਪ 'ਤੇ ਰਿਕਾਰਡਿੰਗ ਜ਼ਰੂਰ ਪਾਓ, ਜੇ ਆਪਣੇ ਨਾਲ ਕਿਸੇ ਭਰਾ ਦਾ ਫਾਇਦਾ ਹੁੰਦਾ ਤਾਂ, ਜਾਂ ਵੀਡੀਓ ਬਣਾ ਕੇ ਪਾ ਦਿਓ, ਕਿਉਂਕਿ ਲੋਕਾਂ ਦਾ ਨਵੇਂ ਵੀਰਾਂ ਦਾ ਹੌਸਲਾ ਵਧੇਗਾ। ਇੰਨਾ ਕੰਮ ਜ਼ਰੂਰ ਕਰਦਾ ਕਰੋ, ਹੋਰ ਕੁਛ ਨਹੀਂ ਚਾਹੀਦਾ ਆਪਾਂ ਨੂੰ। ਸਤਿ ਸ਼੍ਰੀ ਅਕਾਲ ਜੀ ਵੀਰ ਸਾਰਿਆਂ ਨੂੰ, ਜਿੰਨੇ ਵੀ ਆਪਣੇ ਕਬੂਤਰ ਵਾਲੇ ਵੀਰ ਨੇ, ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਸਲਾਮ, ਦੁਆ ਸਦੇ ਕਬੂਲ ਕਰਿਓ ਜੀ। ਵੀਰ ਜੀ, ਆਪਾਂ ਤਾਂ ਕਦੇ ਕੋਈ ਵੀਡੀਓ ਪਾਈ ਨਹੀਂ ਹੈਗੀ ਕਿਸੇ ਲਈ, ਪਰ ਅੱਜ ਦਿਲੋਂ ਆਵਾਜ਼ ਉੱਠੀ ਆ, ਬੰਦੇ ਨਾਲ ਆਪਾਂ ਸਤਿਕਾਰ ਵੀ ਕਰਦੇ ਹਾਂ, ਦਿਲ ਕੀਤਾ ਤਾਂ ਪਾਉਣ ਲੱਗਿਆਂ, ਜੇ ਕੋਈ ਬਾਤ ਘੱਟ ਗਿਆ ਹੋਵੇ ਤਾਂ ਮਾਫ਼ ਕਰਿਓ ਛੋਟਾ ਭੇਜਣ ਕੇ। ਸੋ ਮੇਨ ਗੱਲ ਕਰਦੇ ਹਾਂ ਬਾਈ, ਗਿੱਲ ਮਲੋਟ, ਜਸ ਮਲੋਟ ਕਬੂਤਰ ਕਲੱਬ ਮਲੋਟ ਵਾਲੀ ਗਿੱਲ ਵੀਰ ਦੀ ਬਾਈ, ਆਪਾਂ ਬੰਦੇ ਦੇ ਦਿਲੋਂ ਫੈਨ ਆ ਜੀ, ਰੱਬ ਬਾਈ ਨੂੰ ਸਾਡੀ ਵੀ ਉਮਰ ਲਾਵੇ, ਠੀਕ ਹੈ ਜੀ। ਬਾਕੀ ਜਿੰਨੇ ਕਬੂਤਰ ਜਾਗਤ ਨਾਲ ਸੰਬੰਧ ਰੱਖਦੇ ਆ, ਸਾਰੇ ਵੀਰਾਂ ਨੂੰ ਪਤਾ ਜੀ ਇਹ ਗੱਲ ਦਾ, ਵੀ ਉਹ ਬੰਦੇ ਨੇ ਕਬੂਤਰ ਪਾਏ ਲਈ ਕੀ ਕੀਤਾ, ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਤੋਂ ਕੁਛ ਮੰਗੇ, ਬਿਨਾਂ ਕਿਸੇ ਤੋਂ ਕੁਛ ਲਾਏ। ਜਿੰਨੇ ਕੁ ਬੰਦੇ ਬਾਈ ਪੱਲੇ ਉਹ ਖੇਡ ਸੀ ਨਾ, ਉਹ ਬੰਦੇ ਨੇ ਬਾਈ ਫ੍ਰੀ ਦੇ ਵਿੱਚ ਸਭ ਨੂੰ ਦਿੱਤੀ ਆ ਜੀ, ਠੀਕ ਹੈ ਜੀ। ਬਾਕੀ ਸਟਾਰ ਤਾਂ ਦੁਨੀਆਂ 'ਤੇ ਹਰੇਕ ਆ, ਜਿਹਦੇ ਕੋਲ ਰੱਖੇ ਨਾ ਆਪਦੇ ਘਰ ਹਰੇਕ ਸਟਾਰ ਆ ਬਾਈ, ਕਿਸੇ ਦੇ ਉੱਡਦੇ ਆ ਕਿਸੇ ਦੇ ਨਹੀਂ ਉੱਡਦੇ, ਉਹ ਗੱਲ ਵੱਖਰੀ ਆ। ਪਰ ਬਾਈ ਨੇ ਹਰੇਕ ਨੂੰ ਡਾਉਣ ਜੋਗੇ ਕਰਤਾ, ਜਿਨ੍ਹਾਂ ਨੂੰ ਨਹੀਂ ਨੌਲੇਜ ਸੀ ਕਿ ਕੁੱਥੇ ਬਾਈ ਕਿਵੇਂ ਸਾਂਭਣਾ ਕਿਵੇਂ ਛੱਡਣਾ, ਠੀਕ ਹੈ ਜੀ। ਬੰਦੇ ਨੇ ਜੋ ਕੁਛ ਆਪਦੀ ਜ਼ਿੰਦਗੀ ਦੇ ਵਿੱਚ ਕੱਟਿਆ ਸੀ, ਆਪਣੇ ਵੱਡੇ ਭਾਈ ਜਸ ਗਿੱਲ ਨੇ ਸਭ ਦੇ ਮੂਹਰੇ ਰੱਖਤਾ। ਜੇ ਆਪਾਂ ਦੇਖਿਆ ਜਾਵੇ ਤਾਂ ਨਾ, ਆਪਾਂ ਕਿਹਨੂੰ ਗੁਰੂ ਬਣਾਉਣ ਜਾਈਏ,
ਕੋਈ ਸ਼ਾਂਪਾਂ, ਕੋਈ ਛੱਲੇ, ਕੋਈ ਮੁੰਦੀਆਂ, ਕੋਈ ਮੋਟਰਸਾਈਕਲ, ਕੋਈ ਗੱਡੀਆਂ, ਕਿਉਂ ਸਟਾਰ ਆ ਬਾਈ ਜ਼ਿੰਦਗੀ ਨੇ, ਜ਼ਿੰਦਗੀ ਦੇ ਵਿੱਚ ਹਰੇਕ ਨੇ ਆਪਾਂ ਉਹਦਾ ਮੁਕਾਮ ਹਾਸਲ ਕੀਤਾ, ਮਿਹਨਤ ਨਾਲ ਕੀਤਾ, ਇਹ ਵੀ ਬੰਦੇ ਨੇ ਕੀਤਾ, ਪਰ ਇਹਨੇ ਸਾਰਾ ਕੁਛ ਹਾਸਲ ਕਰਕੇ ਲੋਕਾਂ ਦੇ ਮੂਹਰੇ ਖੁੱਲ੍ਹੀ ਕਿਤਾਬ ਵਾਂਗੂ ਰੱਖਤਾ। ਸੋ ਬਾਈ ਬਾਈ ਨੂੰ ਦਿਲੋਂ ਸਲੂਟ ਆ। ਜਿਵੇਂ ਕਹਿੰਦਾ ਰਾਜਿਆਂ 'ਚ ਉੱਡਦੇ ਉੱਡਦੇ ਨੇ ਰਾਜਿਆਂ ਦੇ, ਪਰ ਇਹ ਬੰਦੇ ਭਿਖਾਰੀਆਂ ਦੇ ਵੀ ਉੱਡਣ ਲੱਗਦੇ ਕਬੂਤਰ। ਕਹਿਰ ਦੇ ਵਿੱਚ ਜਣਾ ਖਾਣਾ ਡਾਲ ਲੈਂਦਾ, ਕਿਸੇ ਦਾ ਦਿਨ ਠੰਡਾ ਲੱਗ ਜਾਂਦਾ, ਕਿਸੇ ਦਾ ਗਰਮ ਲੱਗ ਜਾਂਦਾ, ਪਤਾ ਲੱਗਦਾ ਦੂਸਰ ਤੀਸਰ ਚੌਸਰ ਦੇ ਵਿੱਚ ਬੰਦੇ ਨੇ ਬਾਈ ਜਿਵੇਂ ਕਹਿੰਦੇ ਰਿਕਾਰਡ ਪੈਦਾ ਕਰਤਾ ਵੀਰ ਨੇ ਫੋਨਾਂ 'ਤੇ ਲੋਕਾਂ ਨੂੰ ਕਬੂਤਰ ਸੰਭਾ ਕੇ। ਆਏ ਨਹੀਂ ਹੈਗਾ ਵੀ ਉਹ ਹਰੇ ਨੇ, ਉਹ ਕਬੂਤਰ ਬਾਈ ਜਿੱਤੇ ਨੇ। ਆਉਣ ਦੀ ਰਿਕਾਰਡ ਯੂਟਿਊਬ 'ਤੇ ਤੁਸੀਂ ਚੈੱਕ ਕਰ ਸਕਦੇ ਹੋ। ਸੋ ਆਪਣੇ ਬਾਈ ਦਾ ਚੈਨਲ ਹੈਗਾ ਜੀ ਗਿੱਲ ਮਲੁੱਟ ਕਬੂਤਰ ਕਲੱਬ। ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜ਼ਰੂਰ ਸਬਸਕ੍ਰਾਈਬ ਕਰੋ ਵੀਰੇ, ਜਿੰਨੇ ਤੋਂ ਜਿੰਨਾ ਹੋ ਸਕਦਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੋਂ ਵੀ ਕਰਾਓ, ਠੀਕ ਆ ਜੀ। ਕਿਉਂ ਜਿਹੜਾ ਬੰਦਾ ਬਾਈ ਸਭ ਦਾ ਸੋਚਦਾ ਉਹਦੇ ਬਾਰੇ ਆਪਾਂ ਨੂੰ ਵੀ ਸੋਚਣਾ ਚਾਹੀਦਾ ਜੀ, ਜ਼ਰੂਰ ਸੋਚਣਾ ਚਾਹੀਦਾ ਬਾਈ। ਅੱਜ ਦੀ ਦੁਨੀਆ ਦਾ ਇਹ ਕੰਮ ਆ ਵੀ ਹਰੇਕ ਬੰਦਾ ਵਿੱਚ, ਮੈਂ ਵੀ ਆਪਾਂ ਕਹਿੰਦਾ ਨਾਂ ਲੈ ਕੇ ਨਹੀਂ ਕਹਿੰਦੇ, ਆਪਦੇ ਬਾਰੇ ਸੋਚਦਾ, ਅਗਲਾ ਕਹਿੰਦਾ ਜੋ ਕੁਛ ਹੋਵੇ ਮੇਰਾ ਹੋਵੇ, ਕਿਸੇ ਦਾ ਕੋਈ ਨਹੀਂ ਸੋਚਦਾ। ਪਰ ਬੰਦੇ ਨੂੰ ਦਿਲੋਂ ਸਲੂਟ ਆ ਜੀ ਦੱਸ ਗਏ ਨੂੰ ਮਲੋਟ ਵਾਲੇ ਨੂੰ, ਜਿਹੜੇ ਬੰਦੇ ਨੇ ਦੁਨੀਆ ਦਾ ਸੋਚਿਆ, ਜਿਹੜੇ ਬੰਦੇ ਕਬੂਤਰਬਾਜ਼ੀ ਨਾਲ ਸੰਬੰਧ ਰੱਖਦੇ ਉਹਨਾਂ ਦਾ ਸੋਚਿਆ। ਆਪਾਂ ਬਾਈ ਦੇ ਗਰੁੱਪ ਦੇ ਵਿੱਚ ਐਡ ਆ ਬਾਈ, ਇਹੋ ਜਿਹੇ ਬੰਦੇ ਨੇ ਵੀ ਰਿਕਾਰਡਿੰਗਾਂ ਸੁਣੀਆਂ ਨੇ ਵਿੱਚ, ਜਿਹੜੇ 40-40 ਸਾਲ ਦੇ ਫੋਨ ਕਰਦੇ ਬਾਈ, ਕਹਿੰਦੇ ਸਾਨੂੰ ਇਹ ਤਾਂ ਕੁੱਕੜ ਨਹੀਂ ਆਉਂਦਾ ਸੀ ਕਬੂਤਰਬਾਜ਼ੀ ਦਾ, ਪਰ ਸਾਡੇ ਰੱਖੇ ਹੋਏ ਸੀ ਇੱਕ ਸ਼ੌਂਕ ਨੂੰ। ਕਹਿੰਦੇ ਗੱਲ ਬਾਈ ਜਦੋਂ ਦੇ ਦਿਨ ਯੂਟਿਊਬ 'ਤੇ ਵੀਡੀਓ ਦੇਖਣ ਲੱਗੇ ਨਾ, ਅਸੀਂ ਇੱਕ ਥਾਪੜ ਕੇ ਕਹਿੰਦੇ ਵੀ ਅਸੀਂ ਡਾ ਸਕਦੇ ਹਾਂ ਜਿੱਡਾ ਕੋਈ ਮਰਜ਼ੀ ਖਿਡਾਰੀ ਉਹਦੇ ਬਰੋਬਰ, ਇੱਕ ਕਾਹਦੇ ਆਸਰੇ ਵੀ ਬੰਦਾ ਸਾਨੂੰ ਖੇਡ ਦੱਸਦਾ ਉਹਦੇ ਆਸਰੇ, ਠੀਕ ਹੈ ਜੀ ਵੀਰ। ਦੁਬਾਰਾ ਤੋਂ ਗਲਤੀ ਮਾਫ਼ ਕਰੋ ਵੀਰ, ਪਰ ਮੇਰੇ ਸਾਰੇ ਵੀਰ ਬਾਈ ਦਾ ਚੈਨਲ ਆ ਜੀ ਆਪਣੇ ਦਾ ਜਸ ਗਿੱਲ ਮਲੁੱਟ ਕਬੂਤਰ ਕਲੱਬ, ਇਹ ਵਟਸਐਪ ਗਰੁੱਪ ਆ, ਅਤੇ ਜਸ ਗਿੱਲ ਮਲੁੱਟ ਯੂਟਿਊਬ ਦੇ ਚੈਨਲ ਆ ਜੀ, ਸਾਰੇ ਮੇਰੇ ਵੀ ਸਬਸਕ੍ਰਾਈਬਰ, ਸਭ ਨੂੰ ਹੱਥ ਬੰਨ ਕੇ ਬੇਨਤੀ ਆ ਜੀ। ਬਾਕੀ ਬਾਤ ਘੱਟ ਹੋਈ ਤਾਂ ਕਿਨੂੰ ਕੋ ਕਿਸੇ ਨੂੰ ਆਪਣੀ ਗੱਲ ਦਾ ਬੁਰਾ ਲੱਗਿਆ ਹੋਵੇ ਤਾਂ ਛੋਟਾ ਭਾਈ ਜਾਣ ਕੇ ਮਾਫ਼ ਕਰੋ ਵੀਰੇ। ਸਤਿ ਸ਼੍ਰੀ ਅਕਾਲ ਜੀ।